ਕਿ ਛੇਤੀ ਹੀ ਇਹ ਜਿਹੜਾ ਪਰਚਾ ਹੋਇਆ SST ਐਕਟ ਵਾਲਾ ਝੂਠਾ ਪਰਚਾ ਹੋਇਆ ਜਿਹੜਾ ਇਹਦਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜੂਗਾ। ਹਾਈ ਕੋਰਟ ਨੇ ਵੀ ਕੁਛ ਕਰਤਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ, ਹੈ ਨਾ। ਨੀਚੇ ਵਾਲੀ ਅਦਾਲਤ ਤੋਂ ਵੀ ਸਾਨੂੰ ਪੂਰੀ ਆਸ ਹੈ, ਨਹੀਂ ਅਸੀਂ ਆਪਦਾ ਅੱਗੇ ਜੋ ਵੀ ਸਾਡਾ ਵਿੱਢਣਾ ਵਿੱਢਿਆ ਹੋਇਆ ਉਹ ਵੀ ਅਸੀਂ ਜਾਰੀ ਰੱਖਾਂਗੇ। ਨੀਚੇ ਜ਼ਮਾਨਤ ਰਿਜੈਕਟ ਹੋ ਗਈ, ਤੁਹਾਨੂੰ ਵੀ ਪਤਾ ਹੀ ਹੈ ਜੀ, ਹਾਈ ਕੋਰਟ ਤੋਂ ਜ਼ਮਾਨਤ ਹੋਈ ਹੈ। 31 ਦਿਨਾਂ ਬਾਅਦ ਬਾਈ ਬਾਹਰ ਆ ਰਹੇ ਨੇ, ਜਥੇਬੰਦੀਆਂ ਦੇ ਵੀ ਬੰਦੇ ਪਹੁੰਚੇ ਹੋਏ ਨੇ, ਪਿੰਡ ਦੀ ਵੀ ਪੰਚਾਇਤ ਪਹੁੰਚੀ ਹੋਈ ਹੈ, ਬਾਕੀ ਦੂਰੋਂ ਨੇੜੋਂ ਤੁਹਾਨੂੰ ਪਤਾ ਜਿੰਨੇ ਕੁ ਭਾਈ ਪਿਆਰ ਕਰਦੇ ਨੇ ਸਾਰੇ ਆਏ ਹੋਏ ਨੇ। ਸਾਰੇ ਬੰਦੇ ਨਾਲ ਥੋੜ੍ਹੀ ਥੋੜ੍ਹੀ ਗੱਲਬਾਤ ਕਰ ਲਓ। ਅਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਛੇਤੀ ਹੀ ਇਹ ਜਿਹੜਾ ਪਰਚਾ ਹੋਇਆ SST ਐਕਟ ਵਾਲਾ ਝੂਠਾ ਪਰਚਾ ਹੋਇਆ ਜਿਹੜਾ, ਇਹਦਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜੂਗਾ। ਹਾਈ ਕੋਰਟ ਨੇ ਵੀ ਕੁਛ ਕਰਤਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ, ਹੈ ਨਾ। ਨੀਚੇ ਵਾਲੀ ਅਦਾਲਤ ਤੋਂ ਵੀ ਸਾਨੂੰ ਪੂਰੀ ਅਦਾਲਤ ਤੋਂ ਵੀ ਪੂਰੀ ਆਸ ਹੈ, ਨਹੀਂ ਅਸੀਂ ਆਪਦਾ ਅੱਗੇ ਜੋ ਵੀ ਸਾਡਾ ਵਿੱਢਣਾ ਵਿੱਢਿਆ ਹੋਇਆ ਉਹ ਵੀ ਅਸੀਂ ਜਾਰੀ ਰੱਖਾਂਗੇ। ਸਮਰਥਕ ਹੈਗੇ ਪਹੁੰਚ ਰਹੇ ਹੈਗੇ ਆ, ਹੋਰ ਕੌਣ ਕੌਣ ਪਹੁੰਚ ਰਿਹਾ ਹੈਗਾ ਇੱਥੇ? ਸਾਰੇ ਪਹੁੰਚ ਰਹੇ ਜੀ, ਨਿੰਗ ਸਿੰਘ ਜਥੇਬੰਦੀ ਪਹੁੰਚ ਰਹੇ ਨੇ, ਬਾਬਾ ਰਾਜਾ ਰਾਜ ਵੀ ਪਹੁੰਚ ਰਹੇ ਨੇ, ਕਿਸਾਨ ਜਥੇਬੰਦੀ ਆਗੂ ਵੀ ਪਹੁੰਚ ਰਹੇ ਨੇ, ਕੁਛ ਆਪਣੇ ਦਕੌਂਦਾ ਗਰੁੱਪ ਵਾਲੇ ਅਤੇ ਭਾਈ ਲੱਖਣ ਸਰਾਣਾ ਵੀ ਪਹੁੰਚ ਰਿਹਾ, ਹੋਰ ਵੀ ਜਿੰਨੇ ਵੀ ਬੰਦੇ ਸਾਡੇ ਰਾਜ ਖਾਲਸਾ ਜੀ ਪਹੁੰਚ ਰਹੇ ਨੇ, ਸੁੱਖ ਚਗਰਾਓ, ਸਾਰੇ ਬੰਦੇ ਪਹੁੰਚ ਰਹੇ ਨੇ।